So welcome back guys, ਕੀ ਹਾਲ ਚਾਲ ਸਭ ਤੋਂ ਫਿਰ ਸਾਰੇ ਵਧੀਆ ਹੋਵੋਗੇ ਪੰਜਾਬੀ ਸੌਂਗਸ ਵਿਦ ਬੈਸਟ ਇੰਟਰੋਜ਼ ਐਵਰ ਐਵਰ ਯਾਨੀ ਕਿ ਸਭ ਤੋਂ ਘੈਂਟ ਤੇ ਸਭ ਤੋਂ ਪਹਿਲੇ ਨੰਬਰ ਤੇ ਕੌਣ ਹੋ ਸਕਦੀ ਹੈ ਇੰਟਰੋ ਵਾਈਸ ਸਿਰਫ ਗਾਣੇ 'ਚ ਇੰਟਰੋ ਮੈਨੂੰ ਉਹਦੀ ਵਧੀਆ ਲੱਗੀ ਸੀ ਗੁੱਡ ਨੰਬਰ ਵਨ ਦੇ ਇੰਟਰੋ ਹੁਣ ਦੇਖਦੇ ਹਾਂ ਭਲਾ ਉਹ ਲਿਸਟ 'ਚ ਹੈ ਵੀ ਕਿ ਨਹੀਂ ਚਲੋ ਅੱਜ ਸਟਾਰਟ ਕਰਦੇ ਹਾਂ दोस्तों आज दी वीडियो मैं गल करन जा रहा पंजाबी गाने दी कुछ धाकड़ इंट्रो बारे जो कि काफी बा कमाल सन अते पर्सनली मैनू भी बहुत वधिया लगियां सो आओ दोस्तों शुरू करदे हां बिना किसी देरी दे लगदा बाबा आउंदा अच्छा तो दोस्तों सातवें नंबर ते अमृत मान दी आवाज विच रंजीत बाबा दे गाने लाउड दी इंट्रो स्पीकरां दी आवाज थोड़ी जी घट कर लो वीरे पतंदर आप ही बहुत उच्ची दोस्तों इंट्रो तो ओके सी पर जदों मैं रंजीत बाबे दी इंट्रो तो बाद दी हेक सुनी अते सारे दा सारा गाना सुनिया तो मैनूं यकीन हो गया कि बाबा सच्ची ओह बहुत उच्ची गाउंदा बाकी दोस्तों इस इंटरव्यू विच अलग चीज यह सी कि अमृत मान इस विच स्पीकरां दी आवाज घट करन नूं कह रहा नहीं तो स्पीकरां दी आवाज उच्ची कर लो यह सुन सुन के आपां सारे ही अक चुके सी कर लो स्पीकरां दी आवाज लारा पैण वाला बाई जी सेट कर लो आवाज स्पीकरां दी सयाला बिग बड़े आउण लगे आ दलप्रीत ढिल्लों ते करण औजला दे गाने चढ़ते जवानी अज दे नौजवान गभरुआं ते बनिया होया है जिन्हां ते जवानी भी आई हुई है अते ओह नज़ारे भी फुल लै रहे हैं चार दिन तां भेड़ ते आई मारनी हुंदी तां गल जट ते जवानी दी है तो दोस्तों इस इंटर नूं आपां अपने WhatsApp स्टेटस ते पा के लोकां नूं दस सकदे हां कि यार मेरे ते जवानी चढ़ी हुई है लेकिन की तुसीं बावे दे इंटर WhatsApp स्टेटस ते पा के खुद ही तारीफ कर सकदे हो नहीं ना लोकां ने कहना उच्ची आवाज़ तां बावे दी है तूं की लैणा पुछ ते मरूद है ते अखां 'च बरूद टॉप दी ओह गन है ते टॉप दी ओह रन है जिवें कि बावे दे इंटर तुसीं स्टेटस नहीं पा सकदे सी लेकिन ਢਿੱਲੋਂ ਵਾਲੀ ਪੂਰੀ ਪਾ ਸਕਦੇ ਸੀ ਉਸੇ ਤਰ੍ਹਾਂ ਹੁਣ ਜਿਸ ਇੰਟਰੋ ਦੀ ਗੱਲ ਮੈਂ ਕਰਨ ਜਾ ਰਿਹਾ ਤਾਂ ਉਹ ਇੰਟਰੋ ਦੀਪ ਜੰਡੂ ਤੇ ਕਰਨ ਔਜਲਾ ਹੁਣਾਂ ਨੇ ਡੈਡੀਕੇਟ ਤਾਂ ਖੁਦ ਨੂੰ ਕੀਤੀ ਸੀ ਕਿ ਉਹਨਾਂ ਨਾਲ ਧੋਖੇ ਹੋ ਗਏ ਯਾਰ ਤਾਂ ਕੁੜੀਆਂ ਬਦਲਦੀਆਂ ਹੁੰਦੀਆਂ ਬੱਲਿਆ ਮਰਤ ਥੋੜੀ ਲੇਕਿਨ ਤੁਸੀਂ ਵੀ ਸੁਣ ਆਪਣੇ WhatsApp ਸਟੇਟਸ ਤੇ ਪਾ ਕੇ ਆਪਣੇ ਉਹਨਾਂ ਯਾਰਾਂ ਨੂੰ ਸੁਣਾ ਸਕਦੇ ਹੋ ਜਿਨ੍ਹਾਂ ਨੇ ਤੁਹਾਡੇ ਨਾਲ ਮਾੜੀ ਕੀਤੀ ਹੁਣ ਮਾੜੀ ਕਿਸ ਵਿੱਚ ਕੀਤੀ ਇਹ ਹੁਣ ਤੁਹਾਨੂੰ ਹੀ ਪਤਾ ਹੋਊ ਤੇ ਮੌਤ ਨੂੰ ਤਾਂ ਮਿੱਤਰਾਂ ਨੇ ਰਖੇਲ ਮੰਨਿਆ ਰਖੇਲ ਮੰਨਿਆ ਦੋਸਤੋ ਵੀਰ ਸੰਧੂ ਦੀ ਆਵਾਜ਼ ਵਿੱਚ ਇਸ ਇੰਟਰੋ ਨੂੰ ਚੌਥੇ ਨੰਬਰ ਤੇ ਰੱਖਣ ਦਾ ਮੇਰਾ ਕਾਰਨ ਇਹੀ ਸੀ ਕਿ ਇਹਨੂੰ ਸੁਣ ਕੇ ਧਾਕੜ ਜੀ ਫੀਲਿੰਗ ਆਉਂਦੀ ਹੈ ਜਿਵੇਂ ਵਰਿੰਦਰ ਪਰ ਖੁਦ ਕਹਿੰਦਾ ਹੈ ਕਿ ਵਰਿੰਦਰ ਓਕੇ ਮੈਨੂੰ ਕਾਈਂਡ ਆਫ ਵੀਡੀਓ ਦੀ ਇੰਟਰੋ ਨੇ ਗਾਣੇ ਦੀ ਜੋ ਇੰਟਰੋ ਉਹਦੀ ਗੱਲ ਕੀਤੀ ਬਰਾੜ ਦੀ ਗੱਲ ਸੁਣ ਕੇ ਸਾਲਾ ਬੰਦਾ ਮਾਰਨ ਨੂੰ ਜੀ ਕਰਦਾ ਸੋ ਆਪਾਂ ਵਾਇਲੈਂਸ ਤੋਂ ਤਾਂ ਦੂਰ ਹੀ ਰਹਿਣਾ ਪਰ ਇਸ ਗਾਣੇ ਨੂੰ ਸੁਣ ਕੇ ਜਿਮ ਵਿੱਚ ਹੈਵੀ ਵੇਟ ਤਾਂ ਮਾਰ ਹੀ ਸਕਦੇ ਹਾਂ ਖੁਰਾਕਾਂ ਖਾ ਸਕਦੇ ਹਾਂ ਹੈਲਦੀ ਰਹਿ ਸਕਦੇ ਹਾਂ ਇੱਕ ਵਾਰ ਫੇਰ ਕਹਿਣਾ ਬਦਮਾਸ਼ੀ ਦਾ ਅੰਤ ਮਾੜਾ ਹੀ ਹੁੰਦਾ ਐਗਜ਼ਾਮਪਲ ਕਿ ਇੰਨਾ ਕੁੱਟਿਆ ਸਾਨੂੰ ਤਾਂ ਸਮਝ ਕੁਛ ਨਹੀਂ ਸੀ ਲੱਗਦੀ ਮੈਂ ਤਾਂ ਉੱਥੇ ਅਨਕੌਂਸ਼ੀਅਸ ਵੀ ਹੋ ਗਿਆ ਸੀਗਾ ਇੱਕ ਵਾਰੀ ਕਿ ਇੰਨਾ ਕੁੱਟਿਆ ਮੈਂ ਕਰਨ ਔਜਲਾ ਦੇ ਇਟਸ ਓਕੇ ਗੁੱਡ ਦੀ ਇੰਟਰੋ ਭਾਵੇਂ थोड़ी जी नॉर्मल लगू पर जो इस गाने के बिच वाले इंटर तो बाद करन औजला इस गाने की लाइन सुनोगे तो थोड़ा असली मतलब पता लगेगा इस गाने का हालांकि पहले पैरे में करन औजला ने खुद का स्ट्रगल बयान किया लेकिन जो इंटर तो बाद दूजा पैरा चलता है तो बस गल तो उदो बनती है ਹਰੇਕ ਬੰਦਾ ਤਾਂ ਹੀ ਧੋਖੇ ਦੇ ਜਾਂਦਾ ਪਤਾ ਵੀ ਇਹਨੇ ਮੰਨ ਹੀ ਜਾਣਾ ਇੱਥੇ ਹੁੰਦੇ ਨੇ ਡਰਾਮੇ ਨਾਮ ਲੈ ਕੇ ਪਿਆਰ ਦਾ ਸਾਲੇ ਪੱਗ ਨੇ ਗਲੇ ਸਰੀਨ ਹੰਝੂ ਸੱਟ ਦੇ ਬਾਕੀ ਯਾਰ ਇਸ ਗੱਲ ਤੇ ਮੈਂ ਥੋੜਾ ਜਿਹਾ ਕਨਫਿਊਜ਼ ਸੀ ਕਿ ਰੱਬ ਨੇ ਮੇਰੇ ਨਾਲ ਧੋਖਾ ਕੀਤਾ ਤੇ ਮੈਂ ਉਸ ਰੱਬ ਨੂੰ ਵੀ ਮਾਫ ਕਰਤਾ ਇਹ ਗੱਲ ਤੁਹਾਨੂੰ ਥੋੜੀ ਅਜੀਬ ਜਿਹੀ ਨਹੀਂ ਲੱਗੀ ਕਮੈਂਟ ਕਰਕੇ ਜੂ ਦੱਸਿਓ ਬਿਕੋਜ਼ ਮੇਰਾ ਮੰਨਣਾ ਇਹੀ ਹੈ ਕਿ ਆਪਾਂ ਰੱਬ ਨੂੰ ਮਾਫੀ ਦੇਣ ਜਾਂ ਨਾ ਦੇਣ ਦੇ ਕਾਬਿਲ ਹੈਗੇ ਆ ਕਿਉਂਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ ਕਰਦਾ ਖੈਰ ਦੂਜੇ ਨੰਬਰ ਤੇ ਆਉਂਦੀ ਹੈ ਜਸ ਉਹ ਰੱਬ ਨੂੰ ਵੀ ਮਾਫ ਕਰਦਾ ਇਹਦਾ ਸੈਂਸ ਉਹਨੇ ਇਸ ਤਰੀਕੇ ਨਾਲ ਕਿਹਾ ਕਿ ਉਹਦੇ ਮਾਪਿਓ ਖੋਲੇ ਗਏ ਤੇ ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਮੌਤ ਤੇ ਜੀਵਨ ਉਹ ਸੱਚੇ ਪਾਤਸ਼ਾਹ ਦੇ ਹੱਥ ਹੈ ਨਾ ਮਾਲਕ ਦੇ ਹੱਥ ਹੈ ਉਸ ਹਿਸਾਬ ਨਾਲ ਉਹਨੇ ਕਿਹਾ ਸੀ ਸੜ ਦੇ ਗਾਣੇ ਲਾਈਫ ਦੀ ਇੰਟਰੋ ਇਸ ਇੰਟਰੋ ਨੂੰ ਦੂਜੇ ਨੰਬਰ ਤੇ ਰੱਖਣ ਦਾ ਮੇਰਾ ਕਾਰਨ ਇਹੀ ਸੀ ਕਿ ਇਸ ਵਿੱਚ ਨਾ ਤਾਂ ਕੋਈ ਵਾਇਲੈਂਸ ਨਾ ਖੁਦ ਦੀ ਵਾਹਵਾਈ ਨਾ ਨਗੇਸਮਤੀ ਨਾ ਨਸ਼ਾ ਨਾ ਬੰਦੂਕਾਂ ਯਾਨੀ ਕਿ ਕੋਈ ਵੀ ਮਾੜੀ ਚੀਜ਼ ਨਹੀਂ ਹੈ ਇਕੱਲੇ ਇੰਟਰੋ 'ਚ ਹੀ ਨਹੀਂ ਬਲਕਿ ਪੂਰੇ ਗਾਣੇ ਵਿੱਚ ਹੀ ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ ਚਲਾਕੀਆਂ 'ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ ਵੀਰ ਨਾਲ ਦੁਨੀਆਂ ਤੋਂ ਕੁਛ ਨਹੀਂ ਲੈ ਜਾਣਾ ਮਸਾ ਮਸਾ ਜ਼ਿੰਦਗੀ ਮਿਲੀ ਹੈ ਇਹਨੂੰ ਸ਼ਾਂਤੀ ਨਾਲ ਕੱਟ ਕਿਸੇ ਨਾਲ ਲੜਨਾ ਬਸ ਇਹੀ ਸੱਚੀਆਂ ਸੁੱਚੀਆਂ ਜੀ ਗੱਲਾਂ ਜੇ ਬਾਲੀਆਂ ਦੱਸਣ ਲੱਗਾ ਤੁਸੀਂ ਬੋਰ ਰਹਿਣਾ ਕਿਉਂਕਿ ਆਪਣੀ ਆਦਤ ਆਪਾਂ ਚੰਗੀਆਂ ਗੱਲਾਂ ਸੁਣ ਕੇ ਕਦੇ ਰਾਜ਼ੀ ਨਹੀਂ ਹੁੰਦੇ ਬਸ ਇਹੀ ਕਾਰਨ ਸੀ ਇਹਨੂੰ ਦੂਜੇ ਨੰਬਰ ਤੇ ਰੱਖਣ ਦਾ ਪਾਵਰਾਂ ਦੇ ਨਸ਼ੇ ਵਿੱਚ ਕਰਦੇ ਲੜਾਈ ਉਹ ਕਿਲੇ ਪਹਿਲੇ ਤੇ ਕੌਣ ਹੋ ਸਕਦਾ ਹਜੇ ਵੀ ਕਨਫਿਊਜ਼ ਹਾਂ ਰਾਜਿਆਂ ਬਣਾਏ ਅਜੋ ਖੰਡਰ ਨੇ ਪਾਈ ਜਿਸ ਇੰਟਰੋ ਨੂੰ ਮੈਂ ਪਹਿਲੇ ਨੰਬਰ ਤੇ ਰੱਖਿਆ ਉਸ ਦੇ ਬਾਰੇ ਮੈਂ ਜ਼ਿਆਦਾ ਤਾਂ ਨਹੀਂ ਦੱਸ ਸਕਦਾ ਬਸ ਰੌਂਗਟੇ ਖੜੇ ਹੁੰਦੇ ਉਹਨੂੰ ਸੁਣ ਕੇ ਬਾਕੀ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਪਹਿਲੇ ਹੀ ਪਹਿਲੇ ਨੰਬਰ ਵਾਲੇ ਇੰਟਰੋ ਨੂੰ ਦੇਖਣ ਆ ਗਏ ਹੋ ਤਾਂ ਬਹੁਤ ਮਾੜੀ ਗੱਲ ਤੁਹਾਡੇ ਲਈ ਪਰ ਫਿਰ ਵੀ ਜੇ ਤੁਸੀਂ ਹੁਣ ਪਹੁੰਚ ਹੀ ਚੁੱਕੇ ਹੋ ਤਾਂ ਦੇਖ ਲਓ ਸ੍ਰੀ ਮੁਖਵਾਕ ਭਨੇ ਉਹ ਗਰੀਬ ਨਿਵਾਸ ਕੀ ਬਾਤ ਹੈ ਸ਼ਾਸਨ ਕੇ ਅਧੀਨ ਹੈ ਰਾਜ
ਇਸ ਐਂਟਰੋ ਨੂੰ ਪਹਿਲੇ ਨੰਬਰ 'ਤੇ ਰੱਖਣ ਦਾ ਮੇਰਾ ਕਾਰਨ ਇਹ ਨਹੀਂ ਸੀ ਕਿ ਸਿੱਧੂ ਮੂਸੇਵਾਲਾ ਦਾ ਇਹ ਗਾਣਾ ਹੈ, ਬਲਕਿ ਇਹ ਕਾਰਨ ਸੀ ਕਿ ਮੇਰਾ ਪੰਥ ਨਾਲ ਪਿਆਰ ਹੈ। ਇਕੱਲੀ ਇਹ ਐਂਟਰੋ ਨਹੀਂ ਬਲਕਿ ਪੂਰਾ ਗਾਣਾ ਹੈੱਡਫੋਨ ਲਾ ਕੇ ਸੁਣਿਆ ਜ਼ਰੂਰ। ਰੌਂਗਟੇ ਨਾ ਖੜੇ ਹੋ ਤਾਂ ਅੱਜ ਤੋਂ ਬਾਅਦ ਕੋਈ ਮੇਰੀ ਵੀਡੀਓ ਨਾ ਦੇਖਿਓ। ਇੱਕ ਇਹ ਸਿੱਧੂ ਮੂਸੇਵਾਲਾ ਸੀ ਅਤੇ ਇੱਕ ਅੱਜ ਦਾ ਮੂਸੇਵਾਲਾ ਵਾ। ਸੋ ਮੈਂ ਵੀਡੀਓ ਦੇ ਲਾਸਟ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਆਈ ਡੋਂਟ ਗਿਵ ਅ ਫੱਕ ਅਬਾਊਟ ਵਰਡ ਵਾਲਾ ਸਿੱਧੂ ਮੂਸੇਵਾਲੇ ਸਾਨੂੰ ਚਾਹੀਦਾ ਵਾ, ਨਾ ਕਿ ਮੈਨੂੰ ਵੋਟ ਪਾ ਦਿਓ, ਮੈਨੂੰ ਵੋਟ ਪਾ ਦਿਓ, ਇਹੀ ਵਾਲਾ। ਅੱਜ ਦੇ ਲਈ ਇੰਨਾ ਹੀ, ਧੰਨਵਾਦ। ਬਾਈ ਦਾ ਨੇ ਕਹਿੰਦਾ ਛੋਟੀ ਜਿਹੀ ਵੀਡੀਓ ਬਣਾਉਂਦਾ ਪਰ ਬਹੁਤ ਨੌਲੇਜ ਦੇ ਜਾਂਦਾ, ਆਪਣੀ ਕਿਹੜੀ ਕਿਹੜੀ ਚੀਜ਼ਾਂ ਦਿਖਾਉਂਦਾ ਹੈ ਨਾ, ਡਿਫਰੈਂਟ ਟਾਈਪ ਦੀ ਵੀਡੀਓ, ਬੈਸਟ ਇੰਟਰੋਜ਼ ਹੈ ਨਾ, ਅਤੇ ਨਾਈਸ ਟਰੈਕ। ਹੁਣ ਯਾਰ ਚਲੋ ਜੋ ਵੀ ਹੈ ਜਿਵੇਂ ਵੀ, ਆਪਾਂ ਨੂੰ ਮੂਸੇਵਾਲੇ ਨੂੰ ਕਮਬੈਕ ਕਰਨਾ ਜ਼ਰੂਰੀ ਹੈ ਇੰਡਸਟਰੀ ਵਿੱਚ। ਬਹੁਤ ਟਾਈਮ ਹੋ ਗਿਆ ਮੇਰੇ ਸਾਹਮਣੇ, 4-5 ਮਹੀਨੇ ਹੋ ਗਏ ਕੋਈ ਗਾਣਾ ਚੱਜ ਦਾ ਆਇਆ ਨਹੀਂ ਹੈਗਾ। ਯੰਗਸਟ ਜ਼ਿਆਦਾਤਰ ਹੈ ਹੀ ਇਲੈਕਸ਼ਨ ਦੇ ਉੱਤੇ ਸੀਗਾ, ਅਤੇ ਉਹਨੂੰ ਆਮ ਇਨਸਾਨ ਸੁਣ ਕੇ ਕੋਈ ਮਜ਼ਾ ਲੈ ਨਹੀਂ ਸਕਦਾ। ਦੇਖਦੇ ਕੀ ਆਉਂਦਾ, ਅਤੇ ਉੱਧਰੋਂ ਕਰਨ ਵੀ ਵੇ ਹੈਡ ਲੈ ਕੇ ਆ ਰਿਹਾ, ਉਹ ਵੀ ਕਹਿ ਰਿਹਾ ਜੇ ਕਿ ਮੈਂ ਸ਼ੂਟ ਕਰਨੇ ਆ ਜਾਂ ਕੁਛ ਹੈ, ਮਿਕਸ ਮੈਟਰ ਹੋਏ ਪਏ ਗਾਣੇ, ਖਾਸੀ ਸਟੋਰੀ ਜਿਹੀ ਲਿਖ ਕੇ ਪਾਈ ਸੀ ਕਿ ਮਤਲਬ। ਫਿਰ ਵੀ ਮੈਂ ਦੇਖਿਆ ਕਾਫੀ ਹੱਦ ਤੱਕ ਬਾਕੀ ਸਿੰਗਰਸ ਨਾ, ਆਪਣਾ ਗਾਣਾ ਰਿਲੀਜ਼ ਹੋਣ ਤੋਂ 2-4 ਦਿਨ ਜਾਂ ਮੈਕਸੀਮਮ ਹਫ਼ਤਾ ਪਹਿਲਾਂ ਪੋਸਟਰ ਪਾਉਂਦੇ ਆ, ਫਿਰ ਗਾਣਾ ਪਾ ਦਿੰਦੇ ਆ। ਬਈ ਇਹ ਦੋਨੋਂ ਨਾ ਬਹੁਤ ਜ਼ਿਆਦਾ ਗੈਪ ਪਾ ਦਿੰਦੇ ਆ, ਜਾਂ ਫਿਰ ਬਿਲਡ ਕਰ ਰਹੇ ਨੇ, ਬਿਲਡ ਕਰਦੇ 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 ਨਾ ਮਜ਼ਾ ਖਰਾਬ ਕਰ ਦਿੰਦੇ ਆ, ਹੈ ਨਾ। ਸੋ ਬਾਕੀ ਦਾ ਸੋਲਵ ਮਿਲਦੇ ਦਿਨ ਵਿੱਚ। ਸਤਿ ਸ਼੍ਰੀ ਅਕਾਲ।